साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। रोटरी क्लब पात्रा ने गुरसिमरन सिंह हरीका दी मौत ते कीता दुख दा प्रगटावा, श्रद्धा दे फुल कीते पेंट। रोटरी क्लब दे विच बतौर समाज सेवा दी मोहरी रही अते सिक्ख्या दे खेत्र विच अहम योगदान पाउण वाले गुरसिमरन सिंह हरीका जिन्हां दा कुछ दिन पहला अचानक देहांत हो गया सी, उन्हां दी होई बेवक्ती मौत ते जिथे पूरे इलाके विच शोक है अते इस समाज सेवी संस्था रोटरी क्लब दे समूह मैंबरां दे वल्लों प्राचीन शिव मंदिर विच श्रद्धांजलि समागम दौरान उन्हां नूं श्रद्धा दे फुल पेंट कीते अते उन्हां दी बेवक्ती होई मौत ते गहरी दुख दा प्रगटावा करदिआं क्लब आगुआं ने कहा कि उन्हां दी समाज सेवा अते सिक्ख्या दे खेत्र विच पाए योगदान नूं कदी भुलाया नहीं जा सकदा। उन्हां दे जान दे नाल परिवार अते सिक्ख्या दे खेत्र दे नाल नाल इलाके नूं ना पूरा होण वाला घाटा पिआ। उन्हां दे समाज प्रति कीते कम्मां अते आउण वाले समें विच उन्हां दी याद नूं समर्पित वध तों वध समाज सेवी काम कीते जाणगे। ਕਲੱਬ ਨੂੰ ਤਾਂ ਜੀ ਇਹ ਸੀ ਵੀ ਪਰਿਵਾਰ ਹੀ ਸਮਝਦੇ ਸੀ ਆਪਦਾ, ਉਹ ਜਿੰਨਾ ਘਾਟਾ ਕਿਤੇ ਪਰਿਵਾਰ ਨੂੰ ਹੋਇਆ ਉਦੋਂ ਵੱਧ ਮੈਨੂੰ ਲੱਗਦਾ ਕਲੱਬ ਨੂੰ ਹੋਇਆ। ਉਹ ਇਕੱਲਾ ਬੰਦਾ 10 ਬੰਦਿਆਂ ਜਿੰਨੀ ਡੈਡੀਕੇਸ਼ਨ ਰੱਖਦਾ ਸੀ ਕਲੱਬ ਪ੍ਰਤੀ ਵੀ, ਹੋਰ ਸਮਾਜ ਸੇਵੀ ਕੰਮਾਂ ਪ੍ਰਤੀ ਵੀ, ਆਪਣੀ ਪ੍ਰੋਫੈਸ਼ਨ ਪ੍ਰਤੀ ਵੀ। ਆਲ ਇਨ ਆਲ ਸੀ ਬਹੁਤ ਵਧੀਆ ਬੰਦਾ ਸੀ, ਤਾਂ ਹੀ ਉਹਦੀ ਯਾਦ 'ਚ ਸਮਾਗਮ ਹੋ ਰਹੇ ਨੇ, ਸ਼ਰਧਾਂਜਲੀ ਜਗ੍ਹਾ ਜਗ੍ਹਾ ਹੋ ਰਹੇ ਨੇ। ਇਹ ਨਹੀਂ ਵੀ ਇਕੱਲਾ ਸੀ ਕਲੱਬ 'ਚ, ਹੋਰ ਬਹੁਤ ਸਾਰੀਆਂ ਸੰਸਥਾਵਾਂ ਕਰ ਰਹੀਆਂ। ਸਿੱਖਿਆ ਖੇਤਰ 'ਚ ਉਹਨਾਂ ਦਾ ਬੜਾ ਯੋਗਦਾਨ ਸੀ, ਸਿੱਖਿਆ ਪ੍ਰੋਵਾਈਡ ਕਰਨਾ। ਦੇਖੋ ਸਕੂਲ ਖੋਲ੍ਹੇ ਨੇ, ਬਹੁਤ ਲੋਕ ਖੋਲ੍ਹਦੇ ਆ। ਇਹਨਾਂ ਜੋ ਸਕੂਲ ਸੀ, ਕਦੇ ਕਿਸੇ ਮਾਪੇ ਨੂੰ ਫੀਸ ਪਿੱਛੇ ਨਹੀਂ ਤੰਗ ਕਰਿਆ। ਵਿਕਟੋਰੀਆ ਸਕੂਲ 'ਚ ਆਪ ਬਹਿੰਦੇ ਸੀ, ਮੈਂ ਬੜੀ ਵਾਰੀ ਵਿਚ ਰਿਹਾ ਉੱਥੇ ਬੈਠਿਆਂ। ਲੋਕ ਛਮਾਹੀ 'ਤੇ ਵੀ ਫੀਸ ਦੇ ਜਾਂਦੇ ਸੀ ਬੱਚਿਆਂ ਦੀ, ਕੋਈ ਪਰਵਾਹ ਨਹੀਂ ਸੀ। ਜੇ 6 ਮਹੀਨੇ ਬਾਅਦ ਪੈਸੇ ਦੇ ਗਏ ਨਾ ਵੀ ਸਾਹ ਕਣਕ ਆ ਗਈ ਜੀ, ਫੀਸ ਲਓ ਬੱਚਿਆਂ ਦੀ, ਕੋਈ ਪ੍ਰੋਬਲਮ ਨਹੀਂ। ਘੱਟ ਪੜ ਦੇਣ ਵਾਲਾ ਪੈਸੇ ਕੋਈ ਆ ਗਿਆ ਤਾਂ ਵੀ ਕੋਈ ਦਿੱਕਤ ਨਹੀਂ। ਮੈਨੂੰ ਵੀ ਕਈ ਵਾਰ ਕਿਹਾ ਕੋਈ ਬੱਚਾ ਪੜ੍ਹਨ ਯੋਗ ਹੈ, ਨਹੀਂ ਪੈਸੇ ਦੇ ਸਕਦਾ ਵੀਰੇ ਸਾਡੇ ਸਕੂਲ 'ਚ ਲਾਓ। ਬਹੁਤ ਯੋਗਦਾਨ ਸੀ ਸਿੱਖਿਆ ਖੇਤਰ 'ਚ, ਬਹੁਤ ਜ਼ਿਆਦਾ ਘੱਟ ਆ ਜੀ। ਮੈਂ ਤਾਂ ਜਿੰਨੇ ਹੁਣ ਕਲੱਬ ਦੇ ਮੈਂਬਰ ਉਰੇ ਸਾਡੇ ਹਾਜ਼ਰ ਹੈ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਹਨਾਂ ਨੇ ਉਹਨਾਂ ਨਾਲ ਕੰਮ ਕਰਿਆ ਜਾਂ ਜਿਹੜੇ ਨਵੇਂ ਵੀ ਆਏ ਨੇ ਉਰੇ। ਹੁਣ ਅਸੀਂ ਸ਼ਰਧਾਂਜਲੀ ਸਮਾਗਮ 'ਚ ਕਹਿ ਦਿੰਦੇ ਹਾਂ ਵੀ ਇਹਨਾਂ ਵਾਸਤੇ, ਇਹਨਾਂ ਵਰਗਾ ਬੰਦਾ ਨਹੀਂ ਜੀ ਕੋਈ, ਇਹ ਹੈ ਉਹ ਹੈ, ਬੜੀ ਵਧੀਆ ਗੱਲ ਹੈ। ਆਪੇ ਸੋਚ ਰੱਖਦੇ ਨਾ, ਉਹਨਾਂ ਦੀ ਜਿਹੜੀ ਸਮਰਪਿਤ ਸੋਚ ਸੀਗੀ ਕਲੱਬ ਨੂੰ, ਅਸੀਂ ਸੱਚੀ ਸ਼ਰਧਾਂਜਲੀ ਤਾਂ ਉਹਨਾਂ ਨੂੰ ਇਹ ਦੱਸ ਸਕਦੇ ਹਾਂ, ਉਹਨਾਂ ਦੀ ਸੋਚ 'ਤੇ ਚੱਲੀਏ। ਜੋ ਕੁਛ ਉਹ ਚਾਹੁੰਦੇ ਸੀ ਕਲੱਬ 'ਚ ਚੱਲੇ, ਇੱਦਾਂ ਹੋਵੇ, ਇੱਦਾਂ ਕਲੱਬ ਕੰਮ ਕਰੇ, ਉਹ ਸੋਚ 'ਤੇ ਵੀ ਅਸੀਂ ਜੇ ਹਜੇ ਵੀ ਖੜ ਜਾਈਏ ਨਾ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਣਾ ਹੈ। ਜੇ ਉਹਨਾਂ ਦੇ ਹੁੰਦੇ ਹੋਏ ਨਹੀਂ ਹੋ ਸਕੀਆਂ ਉਹ ਗੱਲਾਂ, ਹੁਣ ਪੂਰੀਆਂ ਅਸੀਂ ਕਰਦੇ ਹਾਂ। ਘਾਟਾ ਜੀ ਪਰਿਵਾਰ ਨੂੰ ਤਾਂ ਜਿੰਨਾ ਘਾਟਾ ਹੈਗਾ ਹੀ ਹੈਗਾ ਜੀ, ਪਰ ਜਿੰਨੇ ਸਕੀ ਸੰਬੰਧੀ ਯਾਰ ਦੋਸਤ ਜਾਂ ਹੋਰ ਵੀ ਇਲਾਕੇ ਦੇ ਜਿੰਨੇ ਨੇ, ਉਹ ਉਹਨਾਂ ਤੋਂ ਮਤਲਬ 1000 ਗੁਣਾ ਜ਼ਿਆਦਾ ਜਿਹੜਾ ਘਾਟਾ ਉਹ ਸਾਡੇ ਯਾਰਾਂ ਦੋਸਤਾਂ ਨੂੰ, ਪਰ ਮਤਲਬ ਜੋ ਨੇ ਵੀ ਸਾਡੇ ਹੋਰ ਇਲਾਕੇ ਦੇ ਸੱਜਣ ਨੇ ਉਹਨਾਂ ਨੂੰ ਪਿਆ ਜੀ, ਪਰ ਉਹ ਜੋ ਹੈ ਉਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਜੀ। ਰੋਟਰੀ ਲਈ ਸਮਰਪਿਤ ਸੀ ਸਰਦਾਰ ਗੁਰਸਿਮਰਨ ਸਿੰਘ ਹਰੀਕਾ ਜੀ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਜਿਹੜੀ ਸੋਚ ਸੀਗੀ ਉਸ ਦੇ ਨੂੰ ਪੂਰਾ ਅਸੀਂ ਕਰੀਏ ਜੀ। ਉਹ ਅਸੀਂ ਸੂਰੇ ਰੋਟਰੀ ਕਲੱਬ ਦੇ ਸਾਰੇ ਮੈਂਬਰ ਰਲ ਕੇ ਜੀ ਉਹ ਜਿਹੜੀ ਉਹਨਾਂ ਦੀ ਸੋਚ ਸੀ ਉਹ 'ਤੇ ਪੂਰਾ ਪਹਿਰਾ ਦੇਵਾਂਗੇ, ਔਰ ਉਸ ਤੋਂ ਵੱਧ ਜਿਹੜਾ ਸੀ ਅਸੀਂ ਰੋਟਰੀ ਨੂੰ ਅੱਗੇ ਲੈ ਕੇ ਜਿਹੜੇ ਸਮਾਜਿਕ ਕੰਮ ਨੇ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਜੀ। ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਜੀ, ਮਤਲਬ ਹਰ ਟਾਈਮ ਅੱਖਾਂ ਦੇ ਅੱਗੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਮੇਰੇ ਹਰ ਟਾਈਮ ਦਿਮਾਗ 'ਚ, ਰਾਤ ਨੂੰ ਸੋਨਾ ਨੀਂਦ ਨਹੀਂ ਆਉਂਦੀ ਜੀ, ਹਰ ਟਾਈਮ ਉਹਨਾਂ ਦੀ ਚਿਹਰਾ ਹੀ ਮੇਰੇ ਦਿਮਾਗ 'ਚ ਅੱਗੇ ਘੁੰਮੀ ਜਾਂਦਾ ਜੀ। ਘਾਟਾ ਜੀ ਨਾ ਪੂਰਾ ਹੋਰ ਨਾਲ ਘਾਟਾ ਜੀ, ਮੈਂ ਸ਼ਬਦਾਂ 'ਚ ਬਿਆਨ ਹੀ ਨਹੀਂ ਕਰ ਸਕਦਾ ਵੀ ਕਿੰਨਾ ਵੱਡਾ ਘਾਟਾ ਦਿੱਤਾ ਜੀ। ਦੇਖੋ ਜਾਣਾ ਸਾਰਿਆਂ ਨੇ ਸੰਸਾਰ ਦੇ ਉੱਪਰੋਂ, ਪਰ ਜਿਹੜਾ ਮੇਰਾ ਵੱਡੇ ਵੀਰ ਚਲੇ ਗਏ, ਮੈਨੂੰ ਤਾਂ ਲੱਗਦਾ ਮੇਰਾ ਸਰੀਰ ਤਾਂ ਕੋਈ ਅੰਗ ਹੀ ਚਲਾ ਗਿਆ ਜੀ, ਇਹ ਨਾ ਪੂਰਾ ਹੋਣ ਵਾਲਾ ਘਾਟਾ ਜੀ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।